My name is Satinder Satti. ਮੈਂ ਅੱਜ ਜਿਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਉਹ ਹੈ ਨੋ ਯੂਅਰ ਸੈਲਫ ਐਂਡ ਯੂ ਆਰ ਦਾ ਬੈਸਟ ਜੱਜ ਟੂ ਨੋ ਯੂਅਰ ਸੈਲਫ ਕਿਉਂਕਿ ਇਨਸਾਨ ਨੂੰ ਸਭ ਤੋਂ ਬਿਹਤਰ ਉਹ ਆਪ ਹੀ ਜਾਣਦਾ ਹੈ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਜਾਂ ਸਮਝ ਲਓ ਕਿ ਕੋਈ ਦੁੱਖ ਤਕਲੀਫ ਆਉਂਦਾ ਹੈ ਜਾਂ ਕੋਈ ਇਹੋ ਜਿਹਾ ਝਟਕਾ ਲੱਗਦਾ ਜਿਹੜਾ ਨੈਚੁਰਲ ਨਹੀਂ ਹੁੰਦਾ ਤੁਹਾਡੀ ਜ਼ਿੰਦਗੀ 'ਚ ਥੋੜ੍ਹਾ ਜਿਹੀ ਹਲਚਲ ਆ ਜਾਂਦੀ ਹੈ ਤਾਂ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਪਰੇਸ਼ਾਨੀ ਜ਼ਿੰਦਗੀ ਦਾ ਇੱਕ ਇੰਟੈਗਰਲ ਪਾਰਟ ਹੈ ਕਿ ਇਟ ਇਜ਼ ਅ ਪਾਰਟ ਆਫ ਲਾਈਫ ਧੁੱਪੇ ਅਤੇ ਸ਼ਾਮ ਹੀ ਹੋਏਗੀ ਜ਼ਿੰਦਗੀ 'ਚ ਸੁੱਖ ਨੇ ਅਤੇ ਦੁੱਖ ਵੀ ਆਉਣਗੇ ਕਿਉਂਕਿ ਇਹ ਟੋਟੈਲਿਟੀ ਦੇ ਨਾਲ ਜ਼ਿੰਦਗੀ ਦਾ ਐਕਸਪੀਰੀਅੰਸ ਬਣਦਾ ਤਾਂ ਹੀ ਲੋਕ ਕਹਿੰਦੇ ਨੇ ਕਿ ਧੁੱਪੇ ਵਾਲ ਸਫੇਦ ਨਹੀਂ ਕੀਤੇ ਉਹਨਾਂ ਦਾ ਐਕਸਪੀਰੀਅੰਸ ਬੋਲਦਾ ਜਦੋਂ ਵੀ ਜ਼ਿੰਦਗੀ 'ਚ ਦੁੱਖ ਆਉਂਦਾ ਤਾਂ ਤੁਸੀਂ ਵੇਖਿਆ ਹੋਣਾ ਇਨਸਾਨ ਨੂੰ ਬਹੁਤ ਸਾਰੇ ਲੋਕ ਸਮਝਾਉਂਦੇ ਨੇ ਬਹੁਤ ਸਾਰੇ ਟੀਨੇਜਰ ਬਹੁਤ ਸਾਰੇ ਵੱਡੇ ਲੋਕਾਂ ਦੇ ਬ੍ਰੇਕਅਪ ਹੁੰਦੇ ਨੇ ਔਰ ਉਹ ਇੰਨੇ ਪਰੇਸ਼ਾਨ ਹੋ ਜਾਂਦੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜ਼ਿੰਦਗੀ ਨੂੰ ਹੈਂਡਲ ਕਿਵੇਂ ਕਰੀਏ ਜ਼ਿੰਦਗੀ ਤੋਂ ਬਾਅਦ ਦੀ ਗੱਲ ਹੈ ਬਾਡੀ ਨੂੰ ਹੈਂਡਲ ਕਰਨਾ ਨਹੀਂ ਆਉਂਦਾ ਮਾਂ ਬਾਪ ਸਮਝਾਉਣਗੇ ਯਾਰ ਦੋਸਤ ਆ ਕੇ ਸਮਝਾਉਣਗੇ ਰਿਸ਼ਤੇਦਾਰ ਆ ਕੇ ਸਮਝਾਉਣਗੇ ਮੋਟੀਵੇਸ਼ਨਲ ਵੀਡੀਓਜ਼ ਵੇਖੋਗੇ ਕਿਤਾਬਾਂ ਪੜ੍ਹੋਗੇ ਪਰ ਸੱਚ ਮੰਨਣਾ ਕੋਈ ਵੀ ਚੀਜ਼ ਹੀਲ ਨਹੀਂ ਕਰਦੀ ਕੋਈ ਵੀ ਚੀਜ਼ ਅਸਰ ਨਹੀਂ ਕਰਦੀ ਕਿਉਂਕਿ ਸਲਾਹ ਉਦੋਂ ਤੱਕ ਅਸਰ ਨਹੀਂ ਕਰਦੀ ਜਦੋਂ ਤੱਕ ਤੁਸੀਂ ਉਸਨੂੰ ਸੁਣ ਤਾਂ ਲੈਂਦੇ ਹੋ ਜਦੋਂ ਤੱਕ ਤੁਸੀਂ ਉਸਨੂੰ ਮੰਨਣਾ ਨਾ ਚਾਹੋ ਔਰ ਮੰਨਣਾ ਤੁਹਾਡੀ ਬਾਡੀ ਨੇ ਹੈ ਜਦੋਂ ਤੁਹਾਡੀ ਬਾਡੀ ਹੀ ਠੀਕ ਨਹੀਂ ਹੈ ਤੁਹਾਡਾ ਸਰੀਰ ਹੀ ਠੀਕ ਨਹੀਂ ਹੈ ਤਾਂ ਉਹ ਕਿਸੇ ਵੀ ਸਲਾਹ ਨੂੰ ਮੰਨਦਾ ਨਹੀਂ ਮੰਨ ਲਓ ਕਿਸੇ ਇਨਸਾਨ ਨੂੰ ਬਿਜ਼ਨਸ ਦੇ ਵਿੱਚ ਲੋਸ ਹੋ ਜਾਂਦਾ ਸਾਰੇ ਵੱਡੇ ਬਿਜ਼ਨਸਮੈਨ ਉਹਦੇ ਰਿਸ਼ਤੇਦਾਰ ਸਭ ਉਹਦੇ ਸਲਾਹਕਾਰ ਬਣ ਜਾਂਦੇ ਨੇ ਅਸੀਂ ਤੈਨੂੰ ਕਿਹਾ ਸੀ ਇੱਦਾਂ ਕਰ ਲੈ ਹੁਣ ਤੈਨੂੰ ਕਹਿ ਰਹੇ ਹਾਂ ਕਿ ਇਹ ਚੀਜ਼ ਨੂੰ ਇਸ ਤਰ੍ਹਾਂ ਕਰ ਲੈ ਤਾਂ ਸਹੀ ਹੋ ਜਾਏਗਾ ਪਰ ਤੁਹਾਡਾ ਮਨ ਉਸਨੂੰ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਕਿਉਂਕਿ ਤੁਹਾਨੂੰ ਅਜੇ ਉਸ ਬਿਜ਼ਨਸ 'ਤੇ ਡੁੱਬ ਜਾਣ ਦੇ ਗਮ 'ਚੋਂ ਬਾਹਰ ਕੱਢਣਾ ਹੀ ਆਪਣੇ ਆਪ ਦੇ ਵਿੱਚ ਸਮੱਸਿਆ ਲੱਗ ਰਿਹਾ ਸੋ ਯੂ ਨੋ ਹਾਊ ਟੂ ਡੂ ਹਾਊ ਟੂ ਲਿਸਨ ਟੂ ਯੂਰ ਬਾਡੀ ਤੁਹਾਡਾ ਸਰੀਰ ਇੱਕ ਇਹੋ ਜਿਹਾ ਤੁਹਾਡਾ ਸਰੀਰ ਇੱਕ ਇਹੋ ਜਿਹੀ ਜਗ੍ਹਾ ਹੈ ਜਿਸ ਨੇ ਤੁਹਾਨੂੰ ਦੱਸਣਾ ਹੈ ਕਿ ਉਹ ਕੀ ਮਹਿਸੂਸ ਕਰਦਾ ਸਿਰਫ ਦਿਮਾਗ ਅਤੇ ਸਰੀਰ ਦਾ ਤਾਲਮੇਲ ਠੀਕ ਹੋਵੇ ਤਾਂ ਜ਼ਿੰਦਗੀ 'ਚ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਜ਼ਿੰਦਗੀ 'ਚ ਜਿੰਨੀਆਂ ਵੀ ਪ੍ਰੋਬਲਮਸ ਨੇ ਉਹ ਤੁਹਾਡੇ ਦਿਮਾਗ ਨੇ ਪੈਦਾ ਕੀਤੀਆਂ ਨੇ ਬਾਹਰ ਲੋਕ ਉਹੀ ਹੁੰਦੇ ਨੇ ਸਲਾਹ ਦੇਣ ਵਾਲੇ ਵੀ ਠੀਕ ਨੇ ਪਰ ਤੁਹਾਡਾ ਸਰੀਰ ਉਸਨੂੰ ਮੰਨ ਨਹੀਂ ਰਿਹਾ ਤੁਹਾਡਾ ਦਿਮਾਗ ਕਹਿ ਰਿਹਾ ਕਿ ਇਹ ਠੀਕ ਕਹਿ ਰਹੇ ਨੇ ਪਰ ਤੁਹਾਡਾ ਸਰੀਰ ਉਸ ਕੰਡੀਸ਼ਨ 'ਚ ਨਹੀਂ ਹੈ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਜੇ ਤੁਹਾਡਾ ਬ੍ਰੇਕਅਪ ਹੋਇਆ ਬਿਜ਼ਨਸ 'ਚ ਲੋਸ ਹੋਇਆ ਜਾਂ ਜ਼ਿੰਦਗੀ 'ਚ ਕੋਈ ਇਹੋ ਜਿਹੀ ਸੱਟ ਲੱਗੀ ਹੈ ਜਿਸ ਨੂੰ ਸਹਿਣਾ ਤੁਹਾਡੇ ਲਈ ਮੁਸ਼ਕਿਲ ਹੈ ਤਾਂ ਕੀ ਕਰਨਾ ਚਾਹੀਦਾ ਹੈ ਲਿਸਨ ਟੂ ਯੂਰ ਬਾਡੀ ਆਪਣੇ ਆਪ ਨੂੰ ਸਮਾਂ ਦਿਓ ਆਪਣੇ ਆਪ ਨਾਲ ਬੈਠ ਕੇ ਗੱਲ ਕਰੋ ਆਪਣੇ ਆਪ ਨੂੰ ਸੁਣੋ ਸੱਚ ਮੰਨਣਾ ਤੁਹਾਡਾ ਸਰੀਰ ਆਪਣੇ ਆਪ ਤੁਹਾਨੂੰ ਦੱਸ ਦੇਗਾ ਕਿ ਉਹ ਕੀ ਚਾਹੁੰਦਾ ਹੈ ਔਰ ਉਹ ਕਿੰਨਾ ਸਮਾਂ ਲਏਗਾ ਇਟਸ ਓਕੇ ਅਗਰ ਤੁਹਾਡਾ ਸਰੀਰ ਇਕੱਲੇ ਰਹਿਣਾ ਚਾਹ ਰਿਹਾ ਤੁਸੀਂ ਇਕੱਲੇ ਰਹਿਣਾ ਚਾਹ ਰਹੇ ਹੋ ਤੁਸੀਂ ਲੋਕਾਂ ਨਾਲ ਗੱਲ ਨਹੀਂ ਕਰਨਾ ਚਾਹ ਰਹੇ ਜਾਂ ਤੁਸੀਂ ਫੋਨ ਨਹੀਂ ਚੱਕਦੇ ਤਾਂ ਬਿਲਕੁਲ ਇਸ ਦੇ ਵਿੱਚ ਨੋਰਮਲ ਗੱਲ ਹੈ ਆਪਣੇ ਆਪ ਨੂੰ ਸਮਾਂ ਦਿਓ ਆਪਣੇ ਆਪ ਨੂੰ ਸਮਝੋ ਕਿਉਂਕਿ ਤੁਹਾਡੇ ਤੋਂ ਜ਼ਿਆਦਾ ਕੋਈ ਵੀ ਨਹੀਂ ਸਮਝਦਾ ਔਰ ਅਗਰ ਤੁਸੀਂ ਠੀਕ ਨਹੀਂ ਹੋਣਾ ਚਾਹੁੰਦੇ ਤਾਂ ਤੁਹਾਨੂੰ ਕੋਈ ਠੀਕ ਨਹੀਂ ਕਰ ਸਕਦਾ ਤੁਸੀਂ ਆਪਣੇ ਆਪ ਲਈ ਠੀਕ ਹੋਣਾ ਕਿਉਂਕਿ ਤੁਹਾਡੇ ਅੰਦਰ ਤਾਕਤ ਹੈ ਕੁਝ ਵੀ ਕਰ ਵਿਖਾਉਣ ਦੀ ਗਿਰਤੇ ਹੈ ਸ਼ਾਹ ਸਵਾਰ ਹੀ ਮੈਦਾਨ ਏ ਜੰਗ ਮੇਂ ਵੋ ਜ਼ਫਰ ਕਿਆ ਗਿਰੇ ਜੋ ਘੁਟਨੋ ਕੇਬਲ ਚਲੇ ਸੋ ਇਸ ਕਰਕੇ ਭੱਜਦੇ ਰਹਿਣਾ ਦੌੜਦੇ ਰਹਿਣਾ ਚੱਲਦੇ ਰਹਿਣਾ ਇਹ ਮਨੁੱਖੀ ਜ਼ਿੰਦਗੀ ਦਾ ਹਿੱਸਾ ਹੈ ਦੈਟ ਇਜ਼ ਆਲ ਅਬਾਊਟ ਹਿਊਮਨ ਰੇਸ ਸੋ ਵੀ ਆਲ ਹੈਵ ਟੂ ਵਾਕ ਵੀ ਹੈਵ ਟੂ ਰਨ ਕੋਈ ਤੁਰ ਰਿਹਾ ਕੋਈ ਦੌੜ ਰਿਹਾ ਕੋਈ ਭੱਜ ਰਿਹਾ ਪਰ ਚੱਲਦੇ ਰਹਿਣਾ ਜ਼ਿੰਦਗੀ ਦਾ ਨਿਜ਼ਾਮ ਵੀ ਹੈ ਅਤੇ ਇਸ ਦਾ ਅਸੂਲ ਵੀ ਹੈ ਸੋ ਜ਼ਿੰਦਗੀ 'ਚ ਹਾਰ ਨਹੀਂ ਮੰਨੀ ਆਪਣੇ ਆਪ ਨੂੰ ਸਮਝੋ ਅਤੇ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਓ ਸੈਲੀਬ੍ਰੇਟ ਲਾਈਫ ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਆਲ ਮਾਈ ਵੀਡੀਓਜ਼ ਐਂਡ ਪਲੀਜ਼ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ